ਹਾਂਜੀ ਬਾਈ ਕੀ ਹਾਲ ਆ, ਸਵਾਗਤ ਕਰਦੇ ਹਾਂ ਪੰਜਾਬ ਟੂ ਹੰਗਰੀ ਤੇ। ਅੱਜ ਆਪਣੀ ਵੀਡੀਓ ਸੀਗੀ, ਜਿਹੜੀ ਆਪਣੀ ਵੀਡੀਓ ਸੀ ਵੀ ਯੂਰਪ ਦੇ ਤੁਹਾਨੂੰ ਦੋ ਦੇ ਦੱਸਣੇ ਆਪਾਂ ਵੀ ਜਿਹੜੇ ਸਾਨੂੰ ਕਹਿੰਦੇ ਨੇ ਵੀ ਜਿੱਥੇ ਆਪਾਂ ਵਧੀਆ ਰੁਪਏ ਬਣਾ ਸਕਦੇ ਹਾਂ ਵੀ ਇੰਡੀਆ ਦੇ ਕਿੰਨੇ ਕੁ ਰੁਪਏ ਬਣਦੇ ਆ। ਤੇ ਸਾਰਿਆਂ ਨੂੰ ਪਹਿਲਾਂ ਬਾਈ ਜੇ ਕਿਸੇ ਨੇ ਆਪਣੇ ਵੀਰ ਨਵੇਂ ਆਏ ਨੇ ਉਹ ਘੰਟੀ ਜ਼ਰੂਰ ਦੱਬ ਲਿਆ ਕਰੋ, ਉਹਦਾ ਕੋਈ ਖਰਚਾ ਨਹੀਂ ਹੈਗਾ ਜਿਹੜਾ ਆਪਣੇ ਵੀ ਲੱਗੀ ਆ ਚੈਨਲ ਦੇ ਨਾਲ ਆਪਾਂ ਘੰਟੀ ਦੱਬਦੇ ਹਾਂ ਜਦੋਂ। ਹਾਂਜੀ ਬਾਈ, ਆਪਾਂ ਤੁਹਾਨੂੰ ਦੱਸਣਾ ਹੈ ਵੀ ਜਿੱਥੇ ਆਪਾਂ ਦੋ ਦੇਸ ਨੇ ਜਿੱਥੇ ਰੁਪਈਏ ਵਧੀਆ ਬਣਾ ਸਕਦੇ ਹਾਂ ਵੀ ਇੰਡੀਆ ਦੇ ਕਾਫੀ ਵਧੀਆ ਰੁਪਏ ਬਣ ਜਾਂਦੇ ਆ ਜੇ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਦੋ ਦੇਸ ਨੇ। ਤੇ ਆਪਣੇ ਜਿਹੜੇ ਵੀਰ ਨਵੇਂ ਆਏ ਨੇ ਉਹ ਚੈਨਲ ਜੀ ਦੀ ਘੰਟੀ ਜ਼ਰੂਰ ਦੱਬ ਲਿਆ ਕਰੋ, ਉਹਦਾ ਕੋਈ ਖਰਚਾ ਨਹੀਂ ਜੇ ਕੋਈ ਵੀਡੀਓ ਪੁਣਿਆ ਤੁਹਾਡੇ ਤੱਕ ਪਹੁੰਚ ਜਾਂਦੀ ਆ। ਚਲੋ ਗੱਲਬਾਤ ਸ਼ੁਰੂ ਕਰਦੇ ਹਾਂ, ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਹੜੇ ਦੇਸ਼ ਨੇ। ਹਾਂਜੀ, ਜਿਹੜਾ ਪਹਿਲਾ ਦੇਸ਼ ਆ ਵੀ ਜੇ ਆਪਾਂ ਦੇਖੀਏ ਜਰਮਨੀ ਦੇਸ਼ ਆ ਵੀ ਜਿੱਥੇ ਆਪਾਂ ਘੱਟੋ ਘੱਟ ਵੀ ਮੰਨ ਕੇ ਚੱਲੋ ਵੀ ਇੰਡੀਆ ਦਾ 2-2.5 ਲੱਖ ਰੁਪਇਆ 2 ਲੱਖ ਰੁਪਇਆ ਬੰਦਾ ਕਮਾ ਲੈਂਦਾ ਵਾ ਖਿੱਚ ਧੂ ਕੇ। ਬਾਕੀ ਬਾਈ ਕੰਮ ਕਰਨ 'ਤੇ ਡਿਪੈਂਡ ਆ, ਜਿਹੜਾ ਬੰਦਾ ਕਿਹੋ ਜਿਹਾ ਕੰਮ ਕਰਦਾ ਵਾ ਵੱਧ ਘੱਟ ਵੀ ਬਣ ਜਾਂਦੇ ਆ। ਜੇ ਬੰਦਾ ਘੱਟ ਕੰਮ ਕਰੂ ਉਹ ਜੇ ਘੱਟ ਪੈਸੇ ਬਣਨੇ ਆ, ਅਤੇ ਜੇ ਵੱਧ ਕਰੂਗਾ ਉਹ ਜੇ ਵੱਧ ਬਣ ਜਾਣੇ ਆ। ਜਿੱਥੇ ਆਪਾਂ ਵਧੀਆ ਰੁਪਈਏ ਬਣਾ ਸਕਦੇ ਹਾਂ, ਯਾਨੀ ਬਹੁਤ ਵਧੀਆ ਰੁਪਈਏ, ਜਿਵੇਂ ਕਹਿੰਦੇ 2-2.5 ਲੱਖ ਰੁਪਇਆ ਬੰਦਾ ਬਣਾ ਲੈਂਦਾ ਖਰਚਾ ਵਰਚਾ ਕੱਢ ਕੇ ਆਪਦਾ ਬੰਦਾ ਇੰਡੀਆ ਨੂੰ ਪਾ ਦਿੰਦਾ ਜਿੰਨੇ ਪਾਉਣੇ ਆ ਬੰਦੇ, ਬਾਕੀ ਆਪਦੇ ਡਿਪੈਂਡ ਆ ਵੀ ਕਿੰਨੇ ਪਾਉਣੇ ਆ ਆਪਾਂ। ਅਤੇ ਜਿਹੜਾ ਦੂਜੇ ਨੰਬਰ 'ਤੇ ਦੇਸ਼ ਆ ਬਾਈ, ਉੱਥੇ ਰੁਪਈਆ ਬਹੁਤ ਬਣਦਾ ਵਾ, ਨਜਾਇਜ਼ ਹੀ ਬਣਦਾ ਜਿੰਨਾ ਕਹਿੰਦੇ ਵੀ ਹੱਦੋਂ ਵੱਧ ਹੀ ਬਣਦਾ, ਬੰਦਾ ਬਣਾਉਣ ਵਾਲਾ ਚਾਹੀਦਾ, ਮਿਹਨਤ ਕਰਨ ਵਾਲਾ ਚਾਹੀਦਾ, ਪੈਸਾ ਜਿੰਨਾ ਮਰਜ਼ੀ ਬਣਾ ਲਓ। ਉਹ ਹੈਗਾ ਬਾਈ ਡੈਨਮਾਰਕ। ਡੈਨਮਾਰਕ ਵੀ ਆਪਣੇ ਕੰਮ ਬਹੁਤ ਨੇ, ਡੈਰੀ ਫਾਰਮਾਂ ਦੇ ਕੰਮ ਵੀ ਬਹੁਤ ਆ ਜਾਂਦੇ ਆ, ਅਤੇ ਜਿਹੜੇ ਕੰਮ ਨੇ ਡੈਰੀ ਫਾਰਮਾਂ 'ਚ ਵੀ ਰੁਪਈਆ ਵਧੀਆ, ਅਤੇ ਬਾਕੀ ਰੈਸਟੋਰੈਂਟਾਂ 'ਚ ਬੰਦੇ ਦਾ ਰੁਪਈਆ ਵਧੀਆ ਬਣਾ ਲੈਂਦਾ। ਬਾਕੀ ਬੰਦਾ ਬਾਈ ਕੰਮ ਜਿਹਦਾ ਕੋਈ ਸਿੱਖਿਆ ਹੋਇਆ ਅੱਧਾ, ਜੇ ਕੋਈ ਮੰਨ ਲਓ ਵੀ ਮੰਨ ਕੇ ਚਲੋ ਕੋਈ ਰੈਸਟੋਰੈਂਟ ਦਾ ਕੰਮ ਸਿੱਖਿਆ ਹੋਇਆ, ਵੀ ਕੁੱਕ ਦਾ ਕੰਮ ਬੰਦਾ ਸਿੱਖਿਆ ਹੋਇਆ ਵਾ, ਤਾਂ ਜਰਮਨੀ 'ਚ ਵੀ ਕੁੱਕ ਨੂੰ ਰੁਪਈਏ ਬਹੁਤ ਬਣਾ ਲੈਂਦਾ। ਜੇ ਬੰਦਾ ਕੰਮ ਜਾਣਦਾ ਕੁੱਕ ਦਾ ਵੀ ਹਾਂ ਵੀ ਆਪਦਾ ਚੀਜ਼ਾਂ ਬਣਾਉਣੀਆਂ ਹੁੰਦੀਆਂ ਨੇ, ਵੀ ਰੈਸਟੋਰੈਂਟ 'ਤੇ ਵਧੀਆ ਰੁਪਈਏ ਬਣਾ ਸਕਦਾ ਜੇ ਕੰਮ ਸਿੱਖਿਆ ਹੋਇਆ। ਜੇ ਕੋਈ ਮੰਨ ਲਓ ਵੀ ਆਮ ਜੇ ਬੰਦਾ ਕਹੇ ਵੀ ਆਪਾਂ ਨੋਰਮਲ ਬੰਦਾ ਕੰਮ ਕਰਦਾ, ਜਿਵੇਂ ਮੰਨ ਕੇ ਚਲੋ ਵੀ ਕੋਈ ਨਹੀਂ ਕਰਦਾ ਵੀ ਕੋਈ ਮਾੜਾ ਮੋਟਾ ਫੈਕਟਰੀ 'ਚ ਕਰਦਾ, ਫਿਰ ਉਹ ਜੇ ਘੱਟ ਬਣਨੇ ਆ। ਜੇ ਆਪਣੇ ਹੱਥ 'ਚ ਕੋਈ ਗੁਣਾ ਆਪਾਂ ਵੱਧ ਰੁਪਈਏ ਬਣਾ ਸਕਦੇ ਹਾਂ, ਜੇ ਆਪਣਾ ਕੰਮ ਜੇ ਕੋਈ ਜਾਣੀ ਸਾਰਿਆਂ ਨੂੰ ਮੱਧ ਕੇ ਚਲੋ ਮੰਨ ਕੇ ਚਲੋ ਵੀ ਕਿਹੜਾ ਕੁੱਕ ਦਾ ਕੰਮ ਆ, ਉਹ ਕਿਤੇ ਵੀ ਮੰਨ ਕੇ ਚਲੋ ਯੂਰਪ 'ਚ ਸਣਗਾਂ 'ਚ ਆਪਾਂ ਜਦੋਂ ਆ ਜਾਂਦੇ ਇੱਧਰ ਦੇਸ਼ਾਂ ਯੂਰਪਦਿਆਂ 'ਚ ਵੀ ਰੁਪਈਆ ਬਣਨਾ ਹੀ ਬਣਨਾ, ਐਟੋਮੈਟਿਕ ਹੀ ਬਣਨਾ, ਕਿਉਂਕਿ ਜਿਹੜੀਆਂ ਗੋਰਿਆਂ ਬੰਦਾ ਡਿਸਾਂ ਬਣਾਉਣੀਆਂ ਸਿੱਖ ਲਿਆ, ਜੇ ਕੁੱਕ ਦਾ ਕੰਮ ਕਰਨ ਸਿੱਖ ਗਿਆ ਤਾਂ ਰੁਪਈਆ ਮੱਲੋ ਮੱਲੀ ਵੱਧ ਬਣਨਾ। ਇਹ ਤਾਂ ਜਾਣੀ ਕੁੱਕ ਦਾ ਕੰਮ, ਜੇ ਆਪਾਂ ਬੰਦਾ ਇੰਡੀਆ ਵੀ ਕੋਈ ਕੋਰਸ ਕਰਦਾ, ਜਾਣੀ ਬਹੁਤ ਕੰਮ ਆ ਵੀ ਇਹ ਮੰਨ ਕੇ ਚਲੋ ਵੀ ਇਹ ਕੰਮ ਸਾਰਿਆਂ ਨਾਲੋਂ ਵੱਧ ਆ ਵੀ ਕੁੱਕ ਦਾ ਕੰਮ ਵਧੀਆ ਰੁਪਈਏ ਬਣਾਉਣ ਵਾਲਾ ਕੰਮ ਆ, ਨਾਲੇ ਇਹ ਨਹੀਂ ਹੈਗਾ ਬੰਦੇ ਦਾ ਵੀ ਬਹੁਤ ਵਧੀਆ ਰੁਪਈਏ ਬਣਦੇ ਆ ਜਾਣੀ ਬੰਦੇ ਦੇ। ਅਤੇ ਬਾਕੀ ਜੇ ਨੋਰਮਲ ਕੰਮ ਕਰਦੇ ਹਾਂ ਉਹ 'ਚ ਘੱਟ ਬਣਨਗੇ, ਉਹ ਤੁਹਾਨੂੰ ਪਤਾ ਹੀ ਆ ਡੈਰੀ ਫਾਰਮਾਂ ਦਾ ਕੰਮ ਆ ਜਾਂਦਾ, ਇੱਥੇ ਵੀ ਘੰਟਿਆਂ ਦੇ ਹਿਸਾਬ ਨਾਲ ਪੈਸੇ ਆ ਜਾਂਦੇ ਆ। ਜੇ ਬੰਦਾ ਕਹੀਏ ਕਈ ਜਗ੍ਹਾ 'ਤੇ ਤਾਂ ਹੈਗੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ, ਅਤੇ ਕਈਆਂ 'ਚ ਹੈਗਾ ਉੱਕਾ ਬੱਕਾ ਵੀ 8 ਘੰਟਿਆਂ ਦਾ ਇੰਨਾ ਦੇਵਾਂਗੇ, ਜਾਂ 2 ਛੁੱਟੀਆਂ ਲਾ ਲਓ ਮਹੀਨੇ 'ਚ ਜਾਂ 3 ਲਾ ਲਓ, ਵੀ ਉਹ ਉੱਕਾ ਬੱਕਾ ਕੰਮ ਆ ਜਾਂਦਾ ਵਾ। ਅਤੇ ਜਿਹੜਿਆਂ 'ਚ ਦੂਜਾ ਘੰਟਿਆਂ ਦੇ ਹਿਸਾਬ ਨਾਲ ਆ ਜਾਂਦਾ ਆਪਾਂ ਉੱਥੇ ਵੱਧ ਰੁਪਈਏ ਵੀ ਬਣਾ ਲੈਂਦੇ ਹਾਂ, ਕਿਉਂਕਿ ਵੀ ਰੇਟ ਦੇ ਹਿਸਾਬ ਨਾਲ ਹੁੰਦਾ ਕੋਈ ਫਾਰਮ ਕਿੰਨਾ ਰੇਟ ਦਿੰਦਾ ਘੰਟੇ ਦਾ, ਕੋਈ ਕਿੰਨਾ ਦਿੰਦਾ ਵਾ। ਇਸ ਕਰਕੇ ਤੁਹਾਨੂੰ ਦੱਸਣਾ ਆ ਦੋ ਦੇਸ਼ ਜਿਹੜੇ ਤੁਹਾਨੂੰ ਦੱਸੇ ਨੇ ਵੀ ਇੱਥੇ ਦਾ ਬੰਦਾ ਜਾਣੀ ਕਹਿੰਦਾ ਜਰਮਨੀ 'ਚ ਵੀ ਜਾਣੀ ਕੁੱਕ ਦਾ ਕੰਮ ਜੇ ਬੰਦਾ ਸਿੱਖਿਆ ਹੋਇਆ, ਨਿਰਗੇ ਰੁਪਈਏ ਮੰਨ ਕੇ ਚਲੋ, ਨਿਰਗਾ ਰੁਪਈਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੇ ਆਮ ਕੰਮ ਕਰਾਂਗੇ ਤਾਂ ਆਮ ਘੱਟ ਰੁਪਈਏ ਬਣਨਗੇ। ਅਤੇ ਵੀਡੀਓ ਆਪਣੀ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ। ਵੀਡੀਓ ਜੇ ਨਹੀਂ ਚੰਗੀ ਲੱਗੀ ਥੱਲੇ ਲੈ ਦਿਓ ਬਾਈ ਆਹ ਚੀਜ਼ ਆ ਗਲਤ ਆ, ਵੀ ਆਹ ਚੀਜ਼ ਐਂ ਹੋਣੀ ਚਾਹੀਦੀ ਸੀ, ਆਹ ਠੀਕ ਕਰਨਾ, ਇਹ ਵੀਡੀਓ 'ਚ ਗਾਂਹ 'ਤੇ ਸੁਧਾਰ ਰੱਖੋ। ਆਪਾਂ ਸੁਧਾਰ ਕਰਾਂਗੇ ਵੀਡੀਓ 'ਚ, ਕਿਉਂਕਿ ਤੁਹਾਡੇ ਕਰਕੇ ਵੀਡੀਓ ਬਣਾਉਂਦੇ ਹਾਂ, ਤੁਸੀਂ ਦੇਖਦੇ ਹੋ, ਆਪਾਂ ਬਣਾ ਲੈਂਦੇ ਹਾਂ, ਚਲੋ ਗੱਲਬਾਤ ਹੁੰਦੀ ਆ ਤੁਹਾਡੇ ਨਾਲ, ਗੱਲਬਾਤ ਕਰ ਦਿੰਦੇ ਹਾਂ। ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਆ, ਚਲੋ ਠੀਕ ਰਹੋ, ਫਿਰ ਕਰਦੇ ਹਾਂ ਗੱਲਬਾਤ, ਫਿਰ ਮਿਲਦੇ ਹਾਂ ਕਿਸੇ ਵੀਡੀਓ 'ਚ। ਓਕੇ, ਧੰਨਵਾਦ।